ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੜ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਲਈ ਜੱਦੋਜਹਿਦ ਕਰਨ ਲੱਗੇ ਨੇ। ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਪਹੁੰਚੇ ਨੇ। ਅੱਜ ਤੜਕੇ ਹੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਕੋਰੀਡੋਰ ਪਹੁੰਚ ਗਏ, ਜਿੱਥੇ ਉਹਨਾਂ ਭਾਰਤ ਵਾਲੇ ਪਾਸਿਓਂ ਹੀ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਨੇ ਅਤੇ ਕੋਰੀਡੋਰ ਮੁੜ ਤੋਂ ਖੋਲ੍ਹੇ ਜਾਣ ਲਈ ਅਰਦਾਸ ਵੀ ਕੀਤੀ ਹੈ। बोले सोनिया। सिद्धू ने अज सवेरे ही इस संबंधी एक ट्वीट करके जानकारी सांझी की थी। सिद्धू ने कहा है कि वह श्री करतारपुर साहब कोरीडोर लिए अरदास करन उत्थे जाणगे, जिस तो कुछ समय बाद ही सिद्धू कोरीडोर वाली थां ते पहुंच गए। हालांकि सिद्धू इस दौरान पाकिस्तान वाले पासे नहीं जा सके, पर उन्हें तार दे भारत वाले पासों ही दर्शन किए ने। इस दौरान सिद्धू ने कहा कि श्री गुरु नानक देव जी की मेहर नाल यह लांघा खुलिया सी अते जल्द ही यह लांघा उन्हां दी मेहर नाल मुड़ तो खुलेगा अते संगत मुड़ तो श्री करतारपुर साहब गुरद्वारा साहबान के दर्शन कर सकनगियां। ਉੱਥੇ ਦਰਸ਼ਨ ਨਹੀਂ ਕੀਤੇ ਤੁਸੀਂ ਕਦੇ? ਮੇਰਾ ਤਾਇਆ ਦਰਸ਼ਨ ਨਹੀਂ ਕੀਤੇ, ਮੇਰਾ ਤਾਇਆ ਇੱਥੇ ਹਰ ਸਾਲ ਆਉਂਦਾ, ਮੇਰਾ ਫਾਦਰ 2 ਸਾਲਾਂ 'ਚ ਇੱਕ ਵਾਰ ਆਉਂਦਾ। ਮਤਲਬ ਮੈਂ ਨਿੱਕਾ ਜਿਹਾ ਹੁੰਦਾ ਉਦੋਂ ਕਿਹੜਾ ਮੈਂ MP ਹੁੰਦਾ, ਇੱਡਾ ਛੋਟਾ ਜਿਹਾ ਹੁੰਦਾ ਗੋਦੀ 'ਚ, ਲੇਕਿਨ ਮੇਰਾ ਫਾਦਰ ਮੇਰਾ ਤਾਇਆ ਇੱਥੇ ਮਿੱਟੀ ਨੂੰ ਚੁੰਮ ਕੇ ਰੋਂਦਾ ਹੁੰਦਾ ਮੇਰਾ ਤਾਇਆ। ਉਹਦੀ ਸਾਰੀ ਆਖਰੀ 15-20 ਸਾਲ ਮੇਰੇ ਤਾਏ ਜੀ ਦੇ ਗੁਰਦੁਆਰਿਆਂ 'ਚ ਗੁਜ਼ਰੇ। ਸਿੱਧੂ ਸਾਹਿਬ ਪਹਿਲਾਂ ਵੀ ਖਲਵਾਂ 'ਚ ਤੁਸੀਂ ਜ਼ੋਰ ਲਾਇਆ ਤਾਂ ਹੁਣ ਵੀ ਖਲਵਾਂ 'ਚ ਤੁਹਾਨੂੰ ਹੀ ਲਾਉਣਾ ਪੈਣਾ ਜੀ। ਮਿੱਤਰ ਪਿਆਰੇ, ਮੈਂ ਤਾਂ ਡਾਕੀਆ ਸੀ ਬਾਬੇ ਦਾ, ਖੁੱਲ੍ਹਿਆ ਉਹਦੀ ਮਿਹਰ ਨਾਲ ਤੁਹਾਡੀਆਂ ਅਰਦਾਸਾਂ ਨਾਲ ਸਾਡਾ ਕੀ ਹੈ ਤੁਹਾਡਾ ਫਿਰ ਵੀ ਜਿੱਥੇ ਹੱਥ ਪੈਂਦਾ ਜੀ ਸਿਆਸੀ ਤੌਰ ਤੇ ਉੱਥੇ ਤੁਸੀਂ ਹੀ ਜੋ ਕਰਨਾ ਜੀ। ਜਿਸ ਬਾਬੇ ਦੇ ਨਿਰਦੇਸ਼ ਨਾਲ ਲੱਖਾਂ ਆਕਾਸ਼ ਲੱਖਾਂ ਪਤਾਲ ਘੁੰਮਦੇ ਆ ਇਰਦ ਗਿਰਦ ਆਪਦੇ ਤੇ ਕੋਈ ਟਕਰਾਉਂਦਾ ਨਹੀਂ, ਉਹਦੇ ਮੂਹਰੇ ਸਾਡੀ ਕੀ ਔਕਾਤ ਹੈ ਮਿੱਤਰਾ? ਜਰੀਆ ਜਰੀਆ ਬਣਾਉਂਦਾ ਜੀ ਪਰਮਾਤਮਾ। ਡਾਕੀਆ ਮੈਂ ਤਾਂ ਕਿਹਾ ਡਾਕੀਆ ਬਣਾ ਕੇ ਭੇਜਦਾ। करीब 72 ਸਾਲਾਂ ਬਾਅਦ ਸਿੱਖ ਸੰਗਤਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਸੀ ਅਤੇ 2019 ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬਾਨ ਨੂੰ ਭਾਰਤ ਬੈਠੀਆਂ ਸਿੱਖ ਸੰਗਤਾਂ ਲਈ ਦਰਸ਼ਨਾਂ ਲਈ ਖੋਲ੍ਹਿਆ ਗਿਆ ਸੀ, ਜਿਸ ਦੇ ਹੀਰੋ ਉਸ ਸਮੇਂ ਵੀ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਜਾਂਦਾ ਸੀ। ਪਰ ਸਿੱਖ ਸੰਗਤਾਂ ਦੀ ਇਹ ਖੁਸ਼ੀ ਜ਼ਿਆਦਾ ਸਮਾਂ ਨਾ ਚੱਲ ਸਕੀ ਅਤੇ 2020 ਦੇ ਮਾਰਚ ਮਹੀਨੇ ਵਿੱਚ ਕੋਵਿਡ ਦਾ ਹਵਾਲਾ ਦੇ ਕੇ ਭਾਰਤ ਸਰਕਾਰ ਨੇ ਮੁੜ ਤੋਂ ਕੋਰੀਡੋਰ ਨੂੰ ਸੰਗਤਾਂ ਲਈ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਤੱਕ ਇਹ ਕੋਰੀਡੋਰ ਬੰਦ ਹੀ ਪਿਆ। ਹਾਲਾਂਕਿ ਪਾਕਿਸਤਾਨ ਵਾਲੇ ਪਾਸਿਓਂ ਕੋਰੀਡੋਰ ਨੂੰ ਕੁਝ ਸਮਾਂ ਪਹਿਲਾਂ ਖੋਲ੍ਹ ਦਿੱਤਾ ਗਿਆ, ਪਰ ਭਾਰਤ ਸਰਕਾਰ ਇਸ ਮਾਮਲੇ 'ਤੇ ਹਾਲੇ ਵੀ ਚੁੱਪੀ ਬੱਟੀ ਹੋਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।